ਨਵਾਜ਼ ਸ਼ਰੀਫ ਅਖਬਾਰ ਵਿੱਚ ਆਪਣੇ ਨਾਂ ਨਾਲ ਜੁੜੀਆਂ ਖਬਰਾਂ ਦੀ ਤਰਦੀਦ ਕਰਤੀ। ਆਖਿਆ ਪੀਪਲਸ ਪਾਰਟੀ ਕੋ ਪੀਟੀਆਈ ਦਾ ਬਗਲ ਬੱਚਾ ਕਹਿਣੀ। ਆਖਿਆ ਮੇਰੇ ਨਾਂ ਨਾਲ ਬੇਬੁਨਿਆਦ ਖਬਰਾਂ ਨਸ਼ਰ ਨਾ ਕੀਤੀਆਂ ਵਜਨ। ਸਿਆਸੀ ਦਾਓ ਪੇਜ ਦੇ ਮਾਹਿਰ ਮੌਲਾਨਾ ਫਜ਼ਲ ਰਹਿਮਾਨ ਸਦਰ ਬਣ ਕੇ ਸਰਗਰਮ। ਮੁਫਾਹਮਤ ਦੇ ਬਾਦਸ਼ਾਹ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ। ਇਤਜ਼ਾਜ਼ ਹਸਨ ਕੋ ਦਸਤਬਰਦਾਰ ਕਰਾਉਣ ਦੀ ਦਰਖਾਸਤ। ਫਰਾਤੁੱਲਾ ਬਾਬਰ ਰੱਖੇ ਦਿਨ ਮੌਲਾਨਾ ਫਜ਼ਲ ਰਹਿਮਾਨ ਦਾ ਮੌਕਫ ਸੁਣ ਕੇ ਫੈਸਲਾ। ਅੱਜ ਦੀ ਅਹਿਮ ਮੁਸ਼ਾਵਰਤੀ ਬੈਠਕ ਇੱਥੇ ਸੀ। ਗਵਰਨਰ ਸਿੰਧ ਇਮਰਾਨ ਇਸਮਾਇਲ ਦੀ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਦਫ਼ਾ ਮਜ਼ਾਰੇ ਕਾਇਦ ਤੇ ਹਾਜ਼ਰੀ। ਫੁੱਲ ਚੜ੍ਹਾਏ ਤੇ ਫਾਤਿਹਾ ਖਾਨੀ ਕੀਤੀ। ਆ ਦਿਨ ਸੂਬੇ ਦੀ ਤਰੱਕੀ ਦੇ ਖੁਸ਼ਹਾਲੀ ਸੰਗੇ ਸਭ ਕੁ ਨਾਲ ਗਿਣਤੇ ਟੁਰ ਸਾਂ।